ਜਮ ਟੀਵੀ ਦਾ ਅੱਜ ਦਾ ਇਹ ਵਿਸ਼ੇਸ਼ ਅੰਕ ਸੱਚਖੰਡ ਵਾਸੀ ਪਦਮਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ ਭਾਈ ਨਿਰਮਲ ਸਿੰਘ ਖਾਲਸਾ ਇੱਕ ਬਹੁ ਆਯਾਮੀ ਤੇ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਸਨ ਗੁਣਾ ਦਾ ਮਜਸਮਾ ਸਨ ਉਹ ਆਪਣੇ ਆਪ ਵਿੱਚ ਇੱਕ ਅਧਾਰਾ ਸਨ ਇੱਕ تنظیم ਸਨ ਇਕ ਸਧਾਰਨ ਪਰਿਵਾਰ ਤੋਂ ਉੱਠ ਕੇ ਦੇਸ਼ ਦਾ ਸਰਵਉੱਚ ਵਕਾਰੀ ਅਵਾਰਡ ਹਾਸਲ ਕਰਨਾ ਇਹ ਹਾਰੀ ਸਾਰੀ ਦੀ ਵਸਤੀ ਗੱਲ ਨਹੀਂ ਤਾਂ ਹੀ ਮੇਰੇ ਮਨ ਵਿੱਚ ਇਹ ਗੱਲ ਵਾਰ-ਵਾਰ ਆਉਂਦੀ ਹੈ ਨਿਰਮਲ ਸਿੰਘ ਨੇ ਕਿਸੇ ਨੇ ਬਣ ਜਾਣਾ ਭਾਈ ਨਿਰਮਲ ਸਿੰਘ ਖਾਲਸਾ ਦਾ ਜਨਮ ਆਪਣੇ ਨਾਨਕੇ ਪਿੰਡ ਭੀਮੇਸ਼ਾ ਝੰਡਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ 12 April 1900 ਵਵੰਜਾ ਨੂੰ ਪਿਤਾ ਚੰਨਣ ਸਿੰਘ ਗਿਆਨੀ ਅਤੇ ਮਾਤਾ ਗੁਰਦੇਵ ਕੌਰ ਦੇ ਗ੍ਰਹਿ ਵਿਖੇ ਹੋਇਆ ਪਰਿਵਾਰ ਵਾਹ ਦਾ ਕੰਮ ਕਰਦਾ ਸੀ ਉਹਨਾਂ ਨੇ ਦੱਬ ਕੇ ਵਾਹ ਦੇ ਕਥਨ ਮੁਤਾਬਕ ਖੇਤੀ ਕੀਤੀ ਆਪਣੇ ਹੱਥੀ ਤੇ ਉਸ ਤੋਂ ਉਪਰੰਤ ਜਦੋਂ ਪਰਿਵਾਰ ਨੇ ਵੇਖਿਆ ਕਿ ਇਹ ਜਿਹੜਾ ਬਾਲਕ ਹੈ ਇਹ ਹਰ ਵੋਂਦਾ ਹੋਇਆ ਵੀ ਸਵਾਗਾ ਦੰਦਾ ਹੋਇਆ ਵੀ ਪਾਣੀ ਲਾਉਂਦਾ ਹੋਇਆ ਵੀ ਕੁਝ ਨਾ ਕੁਝ ਗਾਉਂਦਾ ਰਿੰਦਾ ਹੈ ਤੇ ਉਸ ਨੂੰ ਅੰਮ੍ਰਿਤਸਰ ਲੈ ਗਿਆ ਅੰਮ੍ਰਿਤਸਰ ਲਿਜਾ ਕੇ ਸਿੱਖਾਂ ਦੀ ਮਸ਼ਹੂਰ تنظیم ਹੈ ਅਦਾਰਾ ਹੈ ਸ਼ਹੀਦ ਸਿੱਖ ਮਿਸ਼ਨਰੀ ਕਾਨੂ ਉੱਥੇ ਉਦੋਂ ਬੜੇ ਪ੍ਰਸਿੱਧ ਸੰਗੀਤ ਆਚਾਰੀਆ ਸਨ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਉਹਨਾਂ ਦੇ سپੁਰਦ ਕਰ ਦਿੱਤਾ ਉੱਥੇ ਰਹਿ ਕੇ ਭਾਈ ਸਾਹਿਬ ਨੇ ਉਸਤਾਦ ਜੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਤੇ ਜਦੋਂ ਉਹ ਨਿਪੁੰਨ ਹੋ ਗਏ ਤੇ ਸ਼ਾਬਾਸ਼ ਦੇ ਕੇ ਉਹਨਾਂ ਨੂੰ ਸਰਟੀਫਿਕੇਟ ਦੇ ਕੇ ਉਥੋਂ ਰਵਾਨਾ ਕਰ ਦਿੱਤਾ ਗਿਆ। ਤਾਲੀਮ ਪੂਰੀ ਹੋ ਗਈ। ਉਸ ਤੋਂ ਬਾਅਦ ਭਾਈ ਨਰਮਨ ਸਿੰਘ ਹਾਲਸਾ ਪੰਥ ਦੇ ਪ੍ਰਸਿੱਧ ਰਾਗੀ ਭਾਈ ਗੁਰਮੀਤ ਸਿੰਘ ਜੀ ਉਹਨਾਂ ਦੇ ਜਥੇ ਵਿੱਚ ਸ਼ਾਮਲ ਹੋ ਗਏ ਜਿਹੜੇ ਕਿ ਹਜ਼ੂਰੀ ਰਾਗੀ ਸਨ ਔਰ ਸਾਈਡ ਤੇ ਕਾਫੀ ਸਮਾਂ ਉਹਨਾਂ ਨਾਲ ਕੀਰਤਨ ਕੀਤਾ। ਇਸ ਤੋਂ ਉਪਰੰਤ ਫਿਰ ਭਾਈ ਸਾਹਿਬ ਨੇ ਆਪਣਾ ਜੱਥਾ ਬਣਾਇਆ ਆਪ ਉਹਦੇ ਹੈੱਡ ਬਣੇ ਜਥੇਦਾਰ ਬਣੇ ਅਤੇ ਵੱਖ-ਵੱਖ ਥਾਵਾਂ ਜਿਨ੍ਹਾਂ ਦਾ ਮੈਂ ਜ਼ਿਕਰ ਕਰਾਂਗਾ ਜਿਵੇਂ ਰੋहतक ॠषिकेश ਤਰਨਤਾਰਨ ਅਤੇ ਬੁੱਢਾ ਜੋੜ ਰਾਜਸਥਾਨ ਦਾ ਗੁਰਮਤ ਸੰਗੀਤ ਵਿਦਿਆਲਾ ਉੱਥੇ ਸਿਖਾਇਆ ਵੀ ਤੇ ਕੀਰਤਨ ਵੀ ਕੀਤਾ ਤੇ ਔੜਕ ਫਿਰ ਭਾਈ ਸਾਹਿਬ ਨੇ 1979 ਵਿੱਚ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਤਖੰਡ ਵਿਖੇ ਹਜ਼ੂਰੀ ਰਾਗੀ ਦੇ ਤੌਰ ਤੇ ਸੇਵਾ ਆਰੰਭ ਕੀਤੀ ਅਤੇ ਕਾਫੀ ਸਮਾਂ ਲੰਮਾ ਸਮਾਂ ਉੱਥੇ ਕੀਰਤਨ ਦੀ ਛੇ ਵਰਲਾਈ ਭਾਈ ਸਾਹਿਬ ਦੇ ਨਾਲ ਪਦਮਸ਼੍ਰੀ ਪੂਰਨ ਚੰਦ ਪਿਆਰੇलाल ਗੁਰੂ ਕੀ ਵਡਾਲੀ ਦੇ ਸਕੇ ਭਰਾ ਭਾਈ ਕਰਤਾਰ ਸਿੰਘ ਨੇ ਤਬਲੇ ਤੇ ਸੰਗਤ ਕੀਤੀ ਤੇ ਭਾਈ ਦਰਸ਼ਨ ਸਿੰਘ ਨੇ ਸਹਾਇਕ ਰਾਗੀ ਵਜੋਂ ਸੇਵਾ ਨਿਭਾਈ ਪਾਈ ਨਰਵਨ ਸਿੰਘ ਖਾਲਸਾ ਬਾਰੇ ਦੋ ਗੱਲਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਇੱਕ ਤਾਂ ਉਹ ਪਹਿਲੇ ਰਾਗੀ ਨੇ ਜਿਹਨਾਂ ਨੂੰ ਪੰਜਾ ਤਖਤਾਂ ਤੇ ਕੀਰਤਨ ਕਰਨ ਦਾ ਸੁਪਾਗ ਪ੍ਰਾਪਤ ਹੋਇਆ ਔਰ ਦੂਸਰਾ ਉਹ ਪਹਿਲੇ ਰਾਗੀ ਨੇ ਸਿੱਖ ਪੰਥ ਦੇ ਜਿਹਨਾਂ ਨੂੰ ਦੇਸ਼ ਦਾ ਸਰਵਉੱਚ ਵਕਾਰੀ ਅਵਾਰਡ ਪਦਮਸ਼੍ਰੀ ਦੇ ਕੇ ਭਾਰਤ ਸਰਕਾਰ ਨੇ ਨਿਵਾਜ਼ਿਆ ਸ਼ਾਇਦ ਉਹ ਪਹਿਲੇ ਤੇ ਆਖਰੀ ਰਾਗੀ ਨੇ ਜਿਹਨਾਂ ਨੂੰ ਅਵਾਰਡ ਮਿਲਿਆ ਨਿਮਰਤਾ ਭਾਈ ਸਾਹਿਬ 'ਚ ਇੰਨੀ ਸੀ ਕਿ ਜਦੋਂ ਉਹਨਾਂ ਨੂੰ ਤਤਕਾਲੀ ਰਾਸ਼ਟਰਪਤੀ ਸ਼੍ਰੀਮਤੀ ਪ੍ਰਤੀਵਾ ਗੈਵ ਸਿੰਘ ਪਟਲ ਨੇ 2009 ਵਿੱਚ ਇੱਕ ਸ਼ਾਨਦਾਰ ਸਮਾਗਮ ਦੌਰਾਨ ਇਹ ਅਵਾਰਡ ਦੇ ਕੇ ਨਵਾਜ਼ਿਆ ਤੇ ਉਦੋਂ ਭਾਈ ਸਾਹਿਬ ਦਾ ਪ੍ਰਤੀਕਰਮ ਸੀ ਕਿ ਇਹ ਜੋ ਮਾਨ ਸਨਮਾਨ ਗੁਰੂ ਰਾਮਦਾਸ ਜੀ ਨੇ ਮੇਰੀ ਝੋਲੀ 'ਚ ਪਾਇਆ ਹੈ ਇਹ ਮੈਨੂੰ ਨਹੀਂ ਮਿਲਿਆ ਇਹ ਗੁਰੂ ਕੇ तमाम ਕੀਤਨੀਆਂ ਦਾ ਸਨਮਾਨ ਹੈ ਉਹ ਜਿੱਥੇ ਹੋਰ guna ਦੇ ਮਾਲਕ ਸਨ ਉੱਥੇ ਉਹਨਾਂ ਨੂੰ ਕੁਦਰਤ ਨੇ ਲਿਖਣ ਕਲਾ ਬਖਸ਼ੀ ਹੋਈ ਸੀ ਉਹਨਾਂ ਨੇ ਦੋ ਅਨਦਾਇਬ ਪੁਸਤਕਾਂ ਗੁਰਮਤ ਸੰਗੀਤ ਬਾਰੇ ਸਿੱਖ ਪੰਥ ਦੀ ਝੋਲੀ ਚ ਪਾਈਆਂ ਜਿਹੜੀਆਂ ਬਹੁਤ ਮਕਬੂਲ ਹੋਈਆਂ ਨੇ ਪਹਿਲੀ ਕਿਤਾਬ ਦਾ ਨਾਮ ਹੈ ਗੁਰਮਤ ਸੰਗੀਤ ਦੇ ਅਨਮੋਲ ਹੀਰੇ ਅਤੇ ਦੂਜੀ ਪੁਸਤਕ ਦਾ ਨਾਮ ਹੈ ਪ੍ਰਸਿੱਧ ਕੀਰਤਨਕਾਰ ਬੀਬੀਆਂ ਭਾਈ ਨਰਮਨ ਸਿੰਘ ਖਾਲਸਾ ਦੀ ਜੇ ਅਵਾਰਡਾਂ ਦੀ ਗੱਲ ਕਰੀਏ ਜਾ ਪਦਮਸ਼ਰੀ ਇਹਦੇ ਤੋਂ ਇਲਾਵਾ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਰਾਗੀ ਅਵਾਰਡ ਦੇ ਕੇ نوازਿਆ ਔਰ ਪਾਸ਼ਾ ਵਿਪາກ ਪੰਜਾਬ ਵੱਲੋਂ ਜਿਹੜਾ ਅਵਾਰਡ ਦਿੱਤਾ ਜਾਂਦਾ ਹੈ ਉਹ ਹੈ ਸ਼੍ਰੋਮਣੀ ਰਾਗੀ ਅਵਾਰਡ ਪਾਸ਼ਾ ਪਾਗ ਵੱਲੋਂ ਉਹ ਵੀ ਉਹਨਾਂ ਨੂੰ ਦਿੱਤਾ ਗਿਆ ਇਸ ਤਰ੍ਹਾਂ ਹੋਰ ਵੀ ਅਨੇਕਾਂ ਇਨਾਮ ਇਕਰਾਮ ਉਹਨਾਂ ਨੂੰ ਮਿਲੇ ਇੱਕ ਜ਼ਿਕਰ ਮੈਂ ਹੋਰ ਕਰਨਾ ਚਾਹਾਂਗਾ ਕਿ ਭਾਈ ਸਾਹਿਬ ਜਿੰਨੇ ਇੱਥੇ ਮਕਬੂਲ ਸਨ ਉਹਨੇ ਪਾਕਿਸਤਾਨ ਵਿੱਚ ਵੀ ਮਕਬੂਲ ਸਨ ਅਕਸਰ ਜਦੋਂ ਜਾਂਦੇ ਸਨ ਤੇ ਉਹਨਾਂ ਦੀ ਸਾਹਜ ਸੀ ਗਜ਼ਲ ਸਮਰਾਟ ਗੁਲਾਮ ਅਲੀ ਸਾਹਿਬ ਨਾਲ ਗੁਲਾਮ ਅਲੀ ਸਾਹਿਬ ਉਹਨਾਂ ਨੂੰ ਬਹੁਤ ਪਿਆਰ ਕਰਦੇ ਸਨ ਤੇ ਭਾਈ ਸਾਹਿਬ ਉਹਨਾਂ ਦੀ ਕਲਾ ਤੋਂ ਮੋਤਾਸਰ ਸਨ ਇਹ ਫਿਰ ਉਸਤਾਦੀ ਸ਼ਾਗਿਰਦੀ ਵਿੱਚ ਇਹ ਰਿਸ਼ਤਾ ਬਦਲ ਗਿਆ ਔਰ ਭਾਈ ਨਿਰਮਲ ਸਿੰਘ ਉਹਨਾਂ ਦੇ ਗਾਣਾਬਦ ਸ਼ਾਗਿਰਦ ਬਣੇ ਤੇ ਇਸ ਤੋਂ ਇਲਾਵਾ ਰਾਗ ਤੁਖਾਰੀ ਅਤੇ ਰਾਗ ਮਾਝ ਵਿੱਚ ਜੋ ਤਤੀਬਾਰ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਨੇ 12 ਮਾ ਉਚਾਰਨ ਕੀਤੇ ਨੇ ਉਹਨਾਂ ਦਾ ਗਾਇਨ ਵੀ ਦੂਰਦਰਸ਼ਨ ਜਲੰਧਰ ਨੇ ਰਿਕਾਰਡ ਕੀਤਾ ਜਿਹੜਾ ਕਿ ਹਰ ਸੰਗਰਾਂਦ ਦੇ ਉੱਤੇ ਸੁਣਾਇਆ ਜਾਂਦਾ ਹੈ ਭਾਈ ਨਰਮਨ ਸਿੰਘ ਹਾਲਸਾ ਦੀ ਵਿਸ਼ੇਸ਼ਤਾ ਦੇਖੋ ਉਹਨਾਂ ਦੀ ਯਾਦ ਸ਼ਕਤੀ ਕਿੰਨੀ ਸੀ ਸੰਪੂਰਨ ਆਸਾ ਦੀ ਵਾਰ ਤੋਂ ਇਲਾਵਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ 500 ਸ਼ਬਦ ਅਤੇ ਦਸਮ ਬਾਣੀ ਦੇ ਅਨੇਕਾਂ ਸ਼ਬਦ ਜ਼ਬਾਨੀ ਕੰਡ ਸਨ ਤੇ ਇਸ ਤੋਂ ਇਲਾਵਾ ਗਾਇਨ ਦੇ ਜਿੰਨੇ ਵੀ ਅੰਗ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਨ ਲੱਗਾ ਜਿਵੇਂ ਖਿਆਲ ਹੈ ਟੱਪਾ ਹੈ ਠੁੰਮਰੀ ਹੈ ਹੋਰੀ ਹੈ ਕਜਰੀ ਹੈ ਤराना ਹੈ ਤ੍ਰਿਪੁਦ ਹੈ ਕਵਾਲੀ ਹੈ ਇਹਨਾਂ ਸਾਰਿਆਂ ਅੰਗਾਂ ਵਿੱਚ ਉਹਨਾਂ ਦੀ ਪਰਬੀਨਤਾ ਸੀ ਔਰ ਉਹ ਸਾਰਿਆਂ ਅੰਗਾਂ ਨੂੰ ਬਾਖੂਬੀ ਨਿਭਾਉਂਦੇ ਸਨ ਔਰ ਸ਼ਬਦ ਚੌਣ ਜਿਹੜੀ ਸੀ ਉਹਨਾਂ ਦੀ ਉਹ ਵੀ ਬਹੁਤ ਵਧੀਆ ਹੁੰਦੀ ਸੀ ਆਸਾ ਦੀ ਵਾਰ ਉਹਨਾਂ ਦੀ ਇੰਨੀ ਮਕਬੂਲ ਹੋਈ ਕਿ 5 ਲੱਖ ਤੋਂ ਵੱਧ ਐਲਬम्स ਉਹਨਾਂ ਦੀਆਂ ਜਿਹੜੀਆਂ ਆਸਾ ਦੀ ਵਾਰ ਦੀਆਂ ਜਾਂ ਸੀ ਡੀਜ਼ ਉਹ ਹੁਣ ਤੱਕ ਉਹਨਾਂ ਦੀ ਵਿਕਰੀ ਹੋ ਚੁੱਕੀ ਹੈ ਸ਼ਰੋਣੀ ਕਮੇਟੀ ਨੇ ਬਹੁਤ ਲੰਮੇ ਅਰਸੇ ਤੋਂ ਉਹਨਾਂ ਨੂੰ ਕੀਰਤਨ ਸਬ ਕਮੇਟੀ ਜਿਹੜੀ ਕਿ ਉੱਚ ਪੱਧਰੀ ਕਮੇਟੀ ਹੈ ਔਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਪੰਜਾਬ ਹਰਿਆਣਾ ਹਿਮਾਚਲ ਤੇ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਆਉਂਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਰੱਖੇ ਜਾਣ ਵਾਲੇ ਹਜ਼ੂਰੀ ਰਾਗੀ ਜਥਿਆਂ ਦੀ ਚੋਣ ਕਰਦੀ ਹੈ ਉਸ ਤੇ ਸਰਕਰਦਾ ਮੈਂਬਰ ਸਨ ਔਰ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਕਿ ਚੰਗੇ ਜਥੇ ਚੁਣ ਕੇ ਹਾਜ਼ਰ ਕੀਤੇ ਜਾਣ ਅੰਤਮ ਸਮੇਂ ਤੱਕ ਉਹ ਇਸ ਤੇ ਡਿਢ ਰਹੇ ਔਰ ਜਦੋਂ ਵੀ ਕੋਈ ਕਮੀ ਪੇਸ਼ੀ ਆਈ ਬੇਲਾਗ ਉਹਨਾਂ ਨੇ ਔਰ ਸਭ ਕੁਟਾਵਾ ਲਿਖ ਕੇ ਵੀ ਕੀਤਾ ਔਰ ਉੱਤੇ ਪਹੁੰਚ ਕਰਕੇ ਵੀ ਇਹ ਗੱਲ ਨੋਟਿਸ ਲਿਆਉਂਦੇ ਰਹੇ ਇੱਕ ਗੱਲ ਦਾ ਉਹਨਾਂ ਨੂੰ ਆਪਣੇ ਅੰਤ ਤੱਕ ਦੁੱਖ ਰਿਹਾ ਜਿਹੜਾ ਕਿ ਅਕਸਰ ਉਹ ਮੇਰੇ ਨਾਲ ਗੱਲਬਾਤ ਕਰਦਿਆਂ ਸਾਂਝਾ ਕਰਦੇ ਰਹਿੰਦੇ ਸਨ ਕਿ ਸਿੱਖਾਂ ਵਿੱਚੋਂ ਜਾਤ ਪਾਤ ਦਾ ਵਿਤਕਰਾ ਅਤੇ ਕਟੜਤਾ ਇਹ ਦੋ ਚੀਜ਼ਾਂ ਨਹੀਂ ਜਾਂਦੀਆਂ ਅਗਰ ਇਹ ਦੋ ਚੀਜ਼ਾਂ ਅਸੀਂ ਛੱਡ ਦਈਏ ਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਬਹੁਤ ਹੋ ਸਕਦਾ ਹੈ ਔਰ ਸਿੱਖੀ ਬਹੁਤ ਵੱਧ ਫੁੱਲ ਸਕਦੀ ਹੈ ਜਿੱਥੇ ਉਹਨਾਂ ਦੀ ਯਾਦਾਂ ਹਮੇਸ਼ਾ ਸਾਡੇ ਮਨਾਂ ਨੂੰ ਤਾਜ਼ਗੀ ਬਖਸ਼ਦੀਆਂ ਰਹਿਣਗੀਆਂ ਉਹਨਾਂ ਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਕਾਇਮ ਰਹੇਗੀ ਉਰਦੂ ਦਾ ਇੱਕ ਸ਼ੇਰ ਮੈਨੂੰ ਯਾਦ ਆਉਂਦਾ ਹੈ ਜਿਸ ਨਾਲ ਮੈਂ ਨਤਮਸਤਕ ਹੋ ਕੇ ਉਹਨਾਂ ਨੂੰ ਚੈਨਲ ਵੱਲੋਂ ਤੇ ਆਪਣੀ ਵੱਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ 'ਤੇ ਰੋਦੀ ਹੈ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ 'ਤੇ ਰੋਦੀ ਹੈ ਬੜੀ ਮੁਸ਼ਕਿਲ سے ਹੁੰਦਾ ਹੈ ਚਮਨ میں ਦੀਦاوار ਪੈਦਾ